ਉਧਰ ਗਿਆ ਰੋਹਨ ਉਹਦੇ ਓਏ 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 ਬਸ 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 ਤੇ ਇਹ ਦੋ ਬੱਚੇ ਜਿਹੜੇ ਆ ਰੈਡ ਆਈ ਦਾ ਇਹ ਇਹ ਦੋਨੇ ਆਹ ਦੇਖੋ ਤੁਸੀਂ ਬਾਕੀ ਮੈਨੂੰ ਦੱਸੋ ਵੀ ਇਹਨਾਂ ਨੂੰ ਆਪਾਂ ਜੋ ਵਾਹ ਵੀ ਵਾਹ ਕਿਆ ਬਾਤ ਹੈ ਲਓ ਵੀ ਤੁਹਾਨੂੰ ਆਵਾਜ਼ ਸੁਣੀ ਹੋਣੀ ਆ ਅਤੇ ਉਹ ਆਵਾਜ਼ ਕਾਹਦੀ ਆਈ ਆ ਇਹ ਮੈਂ ਦੱਸਦਾ ਤੁਹਾਨੂੰ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਠੀਕ ਹੋ ਸੋ ਆਸ ਕਰਦੇ ਸਾਰੇ ਵਧੀਆ ਹੋ ਗਏ ਬਿਲਕੁਲ ਠੀਕ ਠਾਕ ਹੋ ਗਏ ਸੋ ਲਓ ਜੀ ਸ਼ਾਮ ਦਾ ਟਾਈਮ ਆ ਤਾਂ ਸਾਰੇ ਆਪਣੇ ਬਰਡ ਖੋਲ੍ਹੇ ਹੋਏ ਆ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਮੁਰਗੇ ਕਬੂਤਰ ਸਾਰੇ ਹੀ ਆਪਾਂ ਖੋਲ੍ਹੇ ਆ ਜੀ ਅਤੇ ਗਰਮੀ ਜੇ ਗੱਲ ਕਰੀਏ ਤਾਂ ਗਰਮੀ ਕਾਫੀ ਆ ਅਤੇ ਮੌਸਮ ਵੀ ਹੋਇਆ ਵਾ ਥੋੜ੍ਹਾ ਐਵੇਂ ਦਾ ਕਿ ਜਿਵੇਂ ਪਤਾ ਨਹੀਂ ਕਿਹੜੇ ਵੇਲੇ ਹਨੇਰੀ ਆ ਜਾਣੀ ਆ ਸੋ ਦੋ ਤਿੰਨ ਦਿਨ ਹੋ ਗਏ ਐਵੇਂ ਦਾ ਚੱਲਦਾ ਪਿਆ ਵਾ ਸੋ ਇਸ ਕਰਕੇ ਆਪਾਂ ਕਬੂਤਰ ਵੀ ਨਹੀਂ ਉਡਾ ਰਹੇ ਹੈਗੇ ਸਵੇਰੇ ਤੋਂ ਹੈਗੇ ਸਵੇਰੇ ਹਵਾ ਚੱਲਦੀ ਰਹਿੰਦੀ ਆ ਅਤੇ ਬਾਅਦ ਵਿੱਚ ਦਿਨ ਇੱਦਾਂ ਦਾ ਹੋ ਜਾਂਦਾ ਵੀ ਗੁੰਮ ਜਾਂ ਬਿਲਕੁਲ ਅਤੇ ਆਪਣੀ ਬਤਕ ਦੀ ਗੱਲ ਕਰੀਏ ਅਤੇ ਬਤਕ ਸਾਡੀ ਯਾਰ ਕੱਲ੍ਹ ਇਹਨੇ ਜਿਹੜਾ ਆਂਡਾ ਤਾਂ ਦਿੱਤਾ ਸੀ ਲੇਕਿਨ ਪਤਾ ਨਹੀਂ ਕੋਈ ਆਂਡੇ ਦੀ ਐੱਗ ਬਣਡੀ ਸੀ ਜੋ ਵੀ ਉਹ ਮੱਕੀ ਲੱਗਦਾ ਮੈਂ ਠੀਕ ਹੋ ਗਈ ਆ ਲੇਕਿਨ ਲੱਤ ਦੀ ਮੈਨੂੰ ਲੱਗਦੀ ਵੀ ਕੋਈ ਪ੍ਰੋਬਲਮ ਇਹਦੀ ਹਲੇ ਵੀ ਹੈਗੀ ਆ ਲੱਤ ਹਲੇ ਤੱਕ ਇਹਦੀ ਬਿਲਕੁਲ ਠੀਕ ਨਹੀਂ ਹੋਈ ਹੈਗੀ ਸੋ ਬਾਕੀ ਅੱਗੇ ਪਿੱਛੇ ਹੋ ਜਾਂਦੀ ਅੱਗੇ ਨਾਲੋਂ ਫਰਕ ਵਾ ਅਤੇ ਇੱਧਰ ਸਾਡੇ ਕਬੂਤਰ ਤੁਸੀਂ ਦੇਖ ਸਕਦੇ ਹੋ ਕਿ ਕਬੂਤਰ ਆਪਾਂ ਸਾਰੇ ਜਿਹੜੇ ਕੱਢੇ ਆ ਅਤੇ ਇੱਧਰ ਸਾਡੇ ਜੈਲਦਾਰਾਂ ਦੇ ਬੱਚੇ ਜਿਹੜੇ ਉਹ ਵੀ ਤੁਸੀਂ ਦੇਖ ਸਕਦੇ ਹੋ ਵੀ ਬਾਹਰ ਨਿਕਲੇ ਅੱਜ ਅਤੇ ਯਾਰ ਇਹ ਧੱਕੇ ਨਾਲ ਹੀ ਨਿਕਲੇ ਆ ਅਤੇ ਇੱਕ ਇਹ ਵਾਲਾ ਬੱਚਾ ਵਾ ਠੀਕ ਆ ਜੀ ਇਹ ਵੇਖੋ ਉਹ ਵੀ ਜੈਲਦਾਰ ਅਤੇ ਇਹ ਦੋਵੇਂ ਸੇਮ ਹੀ ਲੱਗਦੇ ਹੈ ਨਾ ਅਤੇ ਕਾਫੀ ਵਧੀਆ ਅਤੇ ਇੱਧਰ ਸਾਡੇ ਕਰਨ ਅਤੇ ਰੋਹਨ ਦੋਨੋਂ ਬੈਠੇ ਹੋਏ ਆ ਜੀ ਸੋ ਚੱਲਦੇ ਹਾਂ ਜੀ ਮੁਰਗੀ ਵਿਖਾ ਦੇ ਨਾਲ ਛੋਟੇ ਚੂਚੇ ਵਿਖਾ ਦੇ ਤੁਹਾਨੂੰ ਬਾਈ ਜੀ ਇੱਥੇ ਸਾਡੇ ਚੂਚੇ ਦੇਖੋ ਤੁਸੀਂ ਅਤੇ ਇਹ ਸਾਰੇ ਜਦੋਂ ਵੀ ਆਉਂਦੇ ਨਾ ਇਹਨਾਂ ਨੂੰ ਜਦੋਂ ਵੀ ਖੋਲ੍ਹੀਏ ਸਾਰੇ ਇਧਰਲੀ ਸਾਈਡ 'ਤੇ ਆਉਂਦੇ ਆ ਪਤਾ ਨਹੀਂ ਇੱਥੇ ਮੱਛਰ ਮੁੱਛਰ ਲੱਭਦੇ ਆ ਕੀ ਲੱਭਦਾ ਵਾ ਅਤੇ ਪਾਣੀ ਵਿੱਚੋਂ ਕੋਈ ਨਾ ਕੋਈ ਖਾਂਦੇ ਰਹਿੰਦੇ ਆ ਮੈਨੂੰ ਸਮਝ ਨਹੀਂ ਲੱਗੀ ਆ ਜਦੋਂ ਮੈਂ ਲੱਭਦਾ ਵਾਂ ਇਧਰਲੀ ਸਾਈਡ 'ਤੇ ਹੁੰਦੇ ਆ ਅਤੇ ਬਾਈ ਦਾ ਵੇ ਜਦੋਂ ਕੁੱਕੜੀ ਆਪਾਂ ਬੰਦ ਵੀ ਕਰਦੇ ਨੇ ਨਾ ਤਾਂ ਤਾਂ ਵੀ ਇੱਕ ਅੱਧਾ ਚੂਚਾ ਸਾਨੂੰ ਇੱਥੋਂ ਹੀ ਬਾਅਦ ਵਿੱਚੋਂ ਲੱਭਦਾ ਵਾ ਜਿਹੜਾ ਕਿ ਆਪਣੇ ਖੁੱਡੇ ਵੱਲ ਬਾਅਦ 'ਚ ਜਾਂਦਾ ਵਾ ਅਤੇ ਪਤਾ ਚੱਲਦਾ ਵੀ ਇੱਕ ਚੂਚਾ ਸਾਡਾ ਬਾਹਰ ਰਹਿ ਗਿਆ ਵਾ ਅਤੇ ਇਹਨੂੰ ਅੰਦਰ ਕਰਨਾ ਆਪਾਂ ਉੱਧਰ ਗਿਆ ਰੋਹਨ ਉੱਥੇ ਓਏ ਯਾਰ ਉਹ ਬਹੁਤ ਤੇਜ਼ ਪੈਂਦੀ ਆ ਦੰਦੀ ਦੀ ਹੱਡੀ ਬਚਾਓ ਗਿਆ ਬਚਾਓ ਗਿਆ ਚਲੋ ਜੀ ਵੇਖੋ ਤੁਸੀਂ ਵੇਖ ਲਿਆ ਨਾ ਬਤਕ ਨੂੰ ਛੇੜਨ ਗਿਆ ਤਾਂ ਬਤਕਾ ਉਸ ਵੇਲੇ ਮਗਰ ਪੈ ਗਿਆ ਸਾਡੇ ਰੋਹਨ ਦੇ ਯਾਰ ਅੱਗੇ ਵੀ ਕੱਲ੍ਹ ਵੀ ਕੱਲ੍ਹ ਮੇਰੇ ਹੱਥ 'ਚ ਦੰਦੀ ਦੰਦੀ ਵੱਢੀ ਲੇਕਿਨ ਇੰਨੀ ਜ਼ਿਆਦਾ ਜ਼ੋਰ ਨਹੀਂ ਦੰਦੀ ਨਹੀਂ ਵੱਢਦੇ ਹੈਗੇ ਨੋਰਮਲ ਪਰ ਆਪਣੀ ਤਾਂ ਪੂਰੀ ਵਾਹ ਲਾਉਂਦੇ ਆ ਦੰਦੀ ਵੱਢਣ ਦੀ ਸੋ ਕਿਉਂਕਿ ਫੀਮੇਲ ਦਾ ਕਾਫੀ ਕਰਦੇ ਆ ਇਸ ਕਰਕੇ ਉਹ ਮਗਰ ਪੈਂਦੇ ਆ ਚਲੋ ਜੀ ਹੁਣ ਕਰਨ ਚੱਲਿਆ ਜੇ ਅਤੇ ਕਹਿੰਦਾ ਮੈਂ ਲੱਗ ਜਾਂਦਾ ਭਲਾ ਵੇਖ ਲਾ ਮੈਨੂੰ ਕੋਈ ਪੈਂਦੀ ਕਿ ਨਹੀਂ ਹੈਗੀ ਅਤੇ ਦੇਖ ਲੈਂਦੇ ਯਾਰ ਬੈਠ ਜਾ ਲਾਗੇ ਬੈਠ ਜਾ ਕਰਨ ਲਾਗੇ ਬੈਠ ਛੇੜ ਨਾ ਜ਼ਿਆਦਾ ਉਹਨੂੰ ਕਿਉਂਕਿ ਬਤ ਤੰਗ ਨਾ ਹੋਵੇ ਅਤੇ ਬਤਕਾ ਗਿਆ 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 ਉਹ ਜ਼ਿਆਦਾ ਨਾ ਤੰਗ ਕਰੋ ਨਾ ਕਰੋ ਨਾ ਕਰੋ ਹੈ ਨਾ ਨਾ ਕਰੋ ਇੱਧਰ ਆਇਆ ਤੇਰੇ ਮਗਰ ਫਿਰ ਆਊਗਾ ਉਹ ਦੇ ਓਏ ਓਏ ਯਾਰ ਵਾਕਈ ਨਾ ਇਹ ਇਹੋ ਹੀ ਪੈਂਦਾ ਦੂਸਰਾ ਨਹੀਂ ਪੈਂਦਾ ਹੈਗਾ ਨਾ ਵਿਸ਼ੇਸ਼ ਨਹੀਂ ਐਗਰੋ ਕੋਠੇ ਹਾਂ ਇਹ ਗੱਲ ਸਹੀ ਆ ਬੱਚੇ ਨੂੰ ਸਾਰੇ ਨੂੰ ਉਹ ਬੱਚੇ ਨੂੰ ਪਊਗਾ ਜ਼ਰੂਰ ਜਦੋਂ ਇੱਕ ਵਾਰੀ ਵਿਸ਼ੇਸ਼ ਨੂੰ ਪਿਆਗਾ ਨਾ ਨਹੀਂ ਜਦੋਂ ਵਿਸ਼ੇਸ਼ ਨੂੰ ਪਊਗਾ ਵਿਸ਼ੇਸ਼ ਤੋਂ ਅੱਗੇ ਤੋਂ ਨਹੀਂ ਆਉਂਦਾ ਤੋ ਇੱਧਰ ਦੇਖੋ ਛੋਟੂ ਗੈਂਗ ਵੇਖ ਜਿੱਦਣ ਨੂੰ ਮੁਰਗੀ ਜਾਂਦੀ ਨਾ ਨਾਲ ਨਾਲ ਹੀ ਹੁਣ ਜਾਂਦੇ ਆ ਅਤੇ ਕਦੀ ਕਦੀ ਤਾਂ ਲੱਭਦੇ ਵੀ ਨਹੀਂ ਆ ਵੀ ਮਾਂ ਕਿੱਥੇ ਹੁੰਦੀ ਹੈ ਅਤੇ ਕਈ ਕਿੱਥੇ ਹੁੰਦੇ ਆ ਮੱਖੀਆਂ ਖਾਂਦੇ ਮੱਖੀਆਂ ਚਲੋ ਜੀ ਆਪਾਂ ਚੱਲੇ ਜੀ ਹੁਣ ਮਾਸਟਰ ਕੇਜ ਦੇ ਅੰਦਰ ਅਤੇ ਤੁਹਾਨੂੰ ਨਾ ਬਜਿਸ ਦੇ ਬੱਚੇ ਸਾਰੇ ਕੱਢ ਕੇ ਬਾਹਰ ਅਤੇ ਉਹ ਵਿਖਾਲਦੇ ਹਾਂ ਅਤੇ ਯਾਰ ਇੱਕ ਮੇਰਾ ਧਿਆਨ ਹੋਣ ਦਾ ਵਾ ਕਿ ਇਹ ਹੋਰ ਬਣਦਾ ਪਿਆ ਵੀ ਆਪਾਂ ਉਹਨਾਂ ਨੂੰ ਯਾਰ ਹੈਮ ਟੇਮ ਕਰੀਏ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਆ ਹੈਮ ਟੇਮ ਠੀਕ ਹੈ ਜੀ ਅਤੇ ਉਹ ਆਪਾਂ ਨੂੰ ਇਹ ਦੱਸੋ ਸਾਨੂੰ ਵੀ ਉਹਨਾਂ ਨੂੰ ਦੇਣਾ ਕੀ ਹੁੰਦਾ ਵਾ ਸੋ ਮੇਰੇ ਹਿਸਾਬ ਨਾਲ ਸੈਰਾ ਲੱਕ ਦਿੰਦੇ ਆ ਜਾਂ ਕੀ ਦਿੰਦੇ ਆ ਸੋ ਉਹਦੇ ਬਾਰੇ ਜ਼ਰੂਰ ਦੱਸੀਏ ਅਤੇ ਆਜੋ ਵੀ ਕਰੋ ਜੀ ਆਜੋ ਆਜੋ ਆਜੋ
ਤੇ ਹੁਣ ਆਪਾਂ ਚੱਲਦੇ ਜੀ ਐ ਮੜਕੀ ਦੇ ਵਿੱਚੋਂ, ਐ ਮੜਕੀ ਚੋਂ ਆਪਾਂ ਕੱਢਣੇ ਆ ਜੀ ਬੱਚੇ, ਤੇ ਮੈਂ ਤੁਹਾਨੂੰ ਦਿਖਾ ਦਵਾਂ ਕੱਢ ਕੇ। ਰੋਜ਼ ਆਪਾਂ ਇੱਕ ਬੱਚਾ ਕੱਢਦੇ ਵਿੱਚੋਂ, ਬਿਸਕੁਟ ਜਿੰਦਾ ਬਾਅਦ ਮੇਰੇ ਹਿਸਾਬ ਨਾਲ ਛੋਟੇ ਬੱਚੇ ਸਾਰੇ ਥੱਲੇ ਲੈ ਜਾਈਏ ਤੇ ਇਹਨਾਂ ਨੂੰ ਹੈਂਡ ਟੇਮ ਕਰਦੇ ਆ, ਤੇ ਬਾਅਦ ਚ ਆਪਾਂ ਸੇਲ ਵੀ ਕਰ ਸਕਦੇ ਆ, ਮਤਲਬ ਵਧੀਆ ਇਹਨਾਂ ਦਾ ਪ੍ਰੋਫਿਟ ਵੀ ਹੁੰਦਾ ਵਾ। ਹਾਂਜੀ, ਸੋ ਬਾਕੀ ਮੈਨੂੰ ਦੱਸੋ ਵੀ ਇਹਨਾਂ ਨੂੰ ਆਪਾਂ ਜੋ ਵਾਹ ਕੀ ਬਾਤ ਹੈ, ਲਓ ਵੀ ਤੁਹਾਨੂੰ ਆਵਾਜ਼ ਸੁਣੀ ਹੋਣੀ ਆ, ਤੇ ਉਹ ਆਵਾਜ਼ ਕਾਹਦੀ ਆਈ ਆ ਇਹ ਮੈਂ ਦੱਸਦਾ ਤੁਹਾਨੂੰ। ਇੱਧਰ ਆਓ ਰਮਨ ਜੀ, ਆਓ ਇੱਧਰ ਆਓ ਆਓ। ਤੇ ਇਹਨਾਂ ਦਾ ਦੋਵਾਂ ਦਾ ਸਵੇਰ ਦਾ ਝਗੜਾ ਹੋ ਰਿਹਾ ਵਾ ਜਦੋਂ ਦੇ ਆਏ ਆ, ਤੇ ਇਹਦੇ ਲੱਕ 'ਚ ਪਿਆ ਜੀ ਇੱਕ ਥੱਪਾ, ਇੱਦਾਂ ਦਾ ਥੱਪਾ, ਹੁਣ ਵੀ ਆ ਜਾਈ ਹੋਣੀ ਇੱਕੋ ਕਿੰਨੀ ਵਜੇ ਆ, ਤੇ ਇਹ ਉਹਦੀ ਆਵਾਜ਼ ਨਹੀਂ ਕਿਉਂਕਿ ਸਤਾਨੀ ਕਾ ਨੂੰ ਹਟਦਾ ਨਹੀਂ ਆ, ਤੇ ਇਸ ਕਰਕੇ ਕਰਨੇ ਫਿਰ ਲੱਕ 'ਚ ਮਾਰਿਆ ਥੱਪਾ। ਤੇ ਚਲੋ ਆਪਾਂ ਗੱਲ ਕਰਦੇ ਜੀ ਫਿਰ ਘੁੰਮ ਘੁੰਮਾ ਕੇ ਆਉਂਦੇ ਜੀ ਆਪਣੀ ਬਜਿਸ 'ਤੇ। ਤੇ ਯਾਰ ਬਜਿਸ ਨੂੰ ਆਪਾਂ ਕਰਨ ਦੀ ਇਹ ਕਹਿਣਾ ਕਹਿੰਦੇ ਇਹਨੂੰ ਦੇਈਦਾ ਵਾ ਆਪਣਾ ਸਿਆਰਾ ਲੱਕ ਦੇਈਦਾ ਵਾ, ਤੇ ਮੇਰਾ ਧਿਆਨ ਇਹ ਕਿ ਜਿਹੜੇ ਪੰਜ ਛੇ ਬੱਚੇ ਆ ਨਾ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਲੈ ਜਾਈਏ ਥੱਲੇ, ਤੇ ਮੈਂ ਰੁਕਵਾ ਕੇ ਵੀ ਹੈਗਾ ਵਾ, ਤੇ ਆਪਾਂ ਨੂੰ ਸਾਰਿਆਂ ਨੂੰ ਅਲੱਗ ਰੱਖ ਕੇ ਤੇ ਇਹਨੂੰ ਹੈਂਡ ਟੇਮ ਕਰ ਦਿੰਦੇ ਹਾਂ। ਤੇ ਯਾਰ ਸਾਨੂੰ ਇਹ ਆ ਵੀ ਆਪਾਂ ਕਾਰੋਬਾਰ ਵੀ ਚਲਾਵਾਂਗੇ, ਤੇ ਜਿਹਦੇ ਨਾਲ ਸਾਨੂੰ ਕਮਾਈ ਵੀ ਆਵੇ, ਤੇ ਬਾਕੀ ਚੈਨਲ ਵੀ ਆਪਣਾ, ਠੀਕ ਹੈ ਜੀ। ਤੇ ਚਲੋ ਆਪਾਂ ਬਾਕੀ ਨੂੰ ਰੱਖ ਦਿੰਦੇ ਹਾਂ ਜੀ, ਤੇ ਸਾਰੇ ਕੱਢ ਕੇ ਦੇਖ ਲਈਏ, ਸਾਰੇ ਕੱਢ ਦਿਓ, ਸਾਰੇ ਕੱਢੀ। ਆਹ ਲਓ ਜੀ ਚੈੱਕ ਕਰੋ ਜੀ, ਛੋਟੇ ਛੋਟੇ ਸਾਰੇ ਬੱਚੇ ਆਪਾਂ ਕੱਢ ਦਿੱਤੇ ਆ, ਤੇ ਇਹ ਹੈਗੇ ਜੀ ਬੱਚਿਆਂ ਦੀ ਗਿਣਤੀ ਕਰੀਏ, ਤੇ ਕਿੰਨੇ 6 ਆ ਕਰਨੇ ਕਿ 5 ਜੀ, 6 ਆ ਸ਼ਾਇਦ ਨਾ, ਤੇ ਆਪਾਂ ਹਾਂ 6 ਬੱਚੇ ਆ ਜੀ। ਤੇ 6 ਦੇ ਵਿੱਚ ਜਿਹੜੇ ਤੇ ਇਹਨਾਂ ਵਿੱਚ ਇੱਕ ਬਾਲਟੀ ਹੋਰ ਬਣੀ ਆ ਜੀ, ਜਿਹੜੇ ਵਿੱਚ ਹੈਗੇ ਜੀ ਸਾਡੇ 2 ਬੱਚੇ ਜਿਹੜੇ ਆ ਉਹ ਰੈੱਡ ਆਈਜ਼ ਆ, ਆ ਮੈਂ ਤੁਹਾਨੂੰ ਦੋਨੋਂ ਵਿਖਾਲਦਾ ਵਾਂ, ਤੇ ਆਹ ਜਿਹੜੇ ਜੈਲੋ ਬੱਚੇ ਆ ਤੁਸੀਂ ਦੇਖੋ ਮੈਂ ਤੁਹਾਨੂੰ ਲਾਗੇ ਕਰਕੇ ਵਿਖਾਲਦਾ ਵਾਂ, ਰੈੱਡ ਆਈਜ਼ ਆਹ ਦੇਖੋ ਇਹ ਵੀ ਤੇ ਅਗਲਾ ਵੀ। ਤੇ ਯਾਰ ਮੈਨੂੰ ਤਾਂ ਬਹੁਤ ਖੁਸ਼ੀ ਹੋ ਰਹੀ ਜਿਹੜੇ 2 ਬੱਚੇ ਜੇ ਹੜਕੋ ਇਹ ਮਤਲਬ ਕਿ ਜੋੜੀ ਨਿਕਲੇ ਨਾ ਮੇਲ ਅਤੇ ਫੀਮੇਲ ਨਿਕਲੇ ਯਾਰ ਇਹਨਾਂ ਦੇ ਬਹੁਤ ਵਧੀਆ ਬੱਚੇ ਅੱਗੇ ਅੱਗੇ ਹੋਣਗੇ, ਅਤੇ ਰੱਬ ਕਰਕੇ ਦੋਨਾਂ ਦੀ ਜੋੜੀ ਮਤਲਬ ਕਿ ਵਧੀਆ ਨਿਕਲੇ, ਮਤਲਬ ਕਿ ਮੇਲ ਫੀਮੇਲ ਨਿਕਲਣ ਤਾਂ ਬਹੁਤ ਵਧੀਆ ਹੋ ਜਾਏ। ਸੋ ਇੱਕ ਆਹ ਬੱਚਾ ਵਾ ਜਿਹੜਾ ਸਭ ਤੋਂ ਵੱਡਾ ਇਹ ਆ, ਅਤੇ ਬਾਕੀ ਸਾਰੇ ਛੋਟੇ ਆ। ਜਿਹੜੇ ਬੱਚੇ ਆ ਇਹ ਕੱਢੇ ਇਹਨਾਂ 'ਚੋਂ 2 ਜਿਹੜੇ ਆ ਰੈੱਡ ਆਈਜ਼ ਦਾ ਬੱਚੇ ਆ, ਅਤੇ ਬਹੁਤ ਵਧੀਆ ਗੱਲ ਆ। ਅਤੇ ਬਾਕੀ ਆਪਾਂ ਨੂੰ ਮੇਰਾ ਧਿਆਨ ਇਹ ਹੈ ਕਿ ਆਪਾਂ ਹੈਂਡ ਟੇਮ ਕਰੀਏ ਇਹਨਾਂ ਨੂੰ, ਅਤੇ ਸਾਰੇ ਬੱਚਿਆਂ ਨੂੰ ਆਪਾਂ ਵਧੀਆ ਤਰੀਕੇ ਨਾਲ ਫੇਲ ਕਰ ਸਕਦੇ ਹਾਂ, ਜੇ ਆਪਾਂ ਕੰਮ ਕਰਨਾ ਹੀ ਅਸੀਂ ਸਹੀ ਤਰੀਕੇ ਨਾਲ ਕਰਦੇ ਹਾਂ, ਤਾਂ ਕਿ ਕੋਈ ਪ੍ਰੋਫਿਟ ਵੀ ਸਾਨੂੰ ਹੋਵੇ, ਠੀਕ ਹੈ ਜੀ। ਅਤੇ ਬਾਕੀ ਤੁਸੀਂ ਕਮੈਂਟਾਂ 'ਚ ਸਾਨੂੰ ਦੱਸ ਦਿਓ, ਅਤੇ ਬਾਕੀ ਕੋਈ ਵੀਡੀਓ ਆਪਾਂ ਜਿਹੜੀ ਪਈਆਂ ਵੀਡੀਓਆਂ ਤੁਸੀਂ ਦੇਖਿਆ ਵੀ ਕੋਈ ਵਧੀਆ ਨਹੀਂ ਜ਼ਿਆਦੀਆਂ ਬਣਦੀਆਂ ਪਈਆਂ, ਸੋ ਥੋੜ੍ਹਾ ਸਾਡੇ ਕੋਲ ਟਾਈਮ ਵੀ ਘੱਟ ਸੀ ਅਤੇ ਇਸ ਕਰਕੇ ਆਪਾਂ ਨਹੀਂ ਟਾਈਮ ਦੇ ਸਕਦੇ ਸੀ ਜ਼ਿਆਦਾ। ਸੋ ਹੁਣ ਗਾਂ ਇਹੀ ਕਰਦੇ ਪਏ ਹਾਂ ਆਪਾਂ ਕੁਝ ਨਾ ਕੁਝ ਇੱਦਾਂ ਦਾ ਕਰੀਏ ਕਿ ਹਾਂ ਵੀ ਜਿਹੜਾ ਕੋਈ ਪ੍ਰੋਫਿਟ ਵੀ ਸਾਨੂੰ ਆਵੇ, ਮਾਇਆ ਵੀ ਆਵੇ, ਅਤੇ ਕਾਰੋਬਾਰ ਵੀ ਆਪਾਂ ਚੱਲਦਾ ਰਹੇ, ਠੀਕ ਹੈ ਜੀ। ਤਾਂ ਯੂਟਿਊਬ 'ਤੇ ਵੀਡੀਓ ਵੀ ਬਣਾ ਕੇ ਪਾਉਂਦੇ ਰਹੀਏ, ਠੀਕ ਹੈ ਜੀ। ਲਓ ਵੀਰ ਜੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਸਾਡੇ ਕੋਲ ਜਿਹੜੇ ਬੱਚੇ ਆ ਇਹ 6 ਬੱਚੇ ਹੈਗੇ ਆ, ਅਤੇ ਹਾਂ ਬਈ ਕੀ ਜਿੱਦਾਂ, ਅਤੇ ਇਹ 2 ਬੱਚੇ ਜਿਹੜੇ ਆ ਰੈੱਡ ਆਈਜ਼ ਆ, ਇਹ ਇਹ ਦੋਨੋਂ ਹੀ ਆਹ ਦੇਖੋ ਤੁਸੀਂ, ਅਤੇ ਇੱਧਰ ਸਾਡੇ ਨਿੱਕੇ ਜਿਹੜੇ ਬੱਚੇ ਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਗ੍ਰੀਨ ਹੈਗਾ ਵਾ, ਅਤੇ ਬਾਕੀ ਤੁਸੀਂ ਦੇਖ ਸਕਦੇ ਹੋ ਗ੍ਰੇ ਗ੍ਰੇ ਟਾਈਪ ਜਿਹੇ ਦੇ ਆ, ਸੋ ਬਾਕੀ ਇੱਕੋ ਸੇਮ ਹੀ ਲੱਗਦੇ ਹੈ ਨਾ। ਅਤੇ ਇਹਨਾਂ ਨੂੰ ਆਪਾਂ ਇਹੀ ਕਰਦੇ ਹਾਂ ਕਿ ਹੈਂਡ ਟੇਮ ਕਰਾਂਗੇ, ਅਤੇ ਬਾਕੀ ਜੇ ਕੋਈ ਲੈਣ ਦਾ ਚਾਹਵਾਨ ਹੋਏ ਤਾਂ ਜ਼ਰੂਰ ਸਾਨੂੰ ਦੱਸ ਦੇ, ਠੀਕ ਹੈ ਜੀ। ਅਤੇ ਆਪਾਂ ਤੁਹਾਨੂੰ ਦੱਸ ਦਾਂਗੇ ਜੋ ਵੀ ਇਹਦਾ ਪ੍ਰਾਈਜ਼ ਹੋਏਗਾ। ਜਿਹੜੇ ਆਪਣੇ ਬਜਟ ਦੇ ਬੱਚੇ ਆ
ਤੇ ਸਾਡਾ ਇਹੀ ਧਿਆਨ ਹੈ ਕਿ ਆਪਾਂ ਇਹਨਾਂ ਨੂੰ ਗਾਂ ਵਧਾਵਾਂਗੇ, ਵਾਧਾ ਕਰਨ ਵਾਸਤੇ ਇਹਨਾਂ ਦੇ ਆਪਾਂ ਬਰੀਡਿੰਗ ਵਾਸਤੇ ਵੱਖਰੇ ਬੋਕਸ ਵੀ ਲਗਾਵਾਂਗੇ, ਅਤੇ ਹੋਰ ਵੀ ਆਪਾਂ ਇਹਨਾਂ 'ਚ ਲਵਬਰਡ ਜਿਵੇਂ ਹੋਏ, ਲਵਬਰਡ ਵਿੱਚ ਜਿੰਨੀਆਂ ਵੀ ਕਿਸਮਾਂ ਵਾ ਉਹਨਾਂ ਵਿੱਚੋਂ ਹੌਲੀ ਹੌਲੀ ਕਰਕੇ ਆਪਾਂ ਸਾਰੀਆਂ ਵਰਾਇਟੀਆਂ ਲੈ ਕੇ ਆਵਾਂਗੇ, ਠੀਕ ਹੈ ਜੀ? ਅਤੇ ਬਾਕੀ ਸਾਡਾ ਧਿਆਨ ਹੈ ਕਿ ਇਹਨਾਂ ਨੂੰ ਆਪਾਂ ਪ੍ਰੋਫੈਸ਼ਨਲ ਵਿੱਚ ਜਾਈਏ ਤਾਂ ਕਿ ਆਪਾਂ ਵਧੀਆ ਤਰੀਕੇ ਨਾਲ ਇਹਨਾਂ ਨੂੰ ਮਤਲਬ ਕਿ ਕਾਰੋਬਾਰ ਕਰ ਸਕੀਏ, ਠੀਕ ਹੈ ਜੀ? ਬਾਕੀ ਜਿਹੜਾ ਹਰ ਕੋਈ ਹੈਗਾ ਵਾ, ਤੁਸੀਂ ਦੇਖਿਆ ਕਬੂਤਰ ਵਾ, ਮੁਰਗੇ ਆ ਅਤੇ ਬਤਕਾਂ ਵਾ ਜਿਵੇਂ, ਇਹ ਤਾਂ ਸਾਰਾ ਕੁਝ ਹੈਗਾ ਹੀ ਆ, ਅਤੇ ਇਹਨਾਂ ਵਿੱਚ ਹੋਰ ਵੀ ਵਰਾਇਟੀ ਉੱਦਾਂ ਤਾਂ ਲਿਆ ਕੇ ਆਵਾਂਗੇ, ਠੀਕ ਹੈ ਜੀ? ਪਰ ਸਾਡਾ ਇਹੀ ਧਿਆਨ ਆ ਕਿ ਮੇਨ ਆਪਾਂ ਜਿਹੜਾ ਆਪਾਂ ਉਸ ਸਾਈਡ ਨੂੰ ਜਾਈਏ ਜਿਹੜੇ ਸਾਈਡ ਤੋਂ ਮਤਲਬ ਕਿ ਸਾਨੂੰ ਕੋਈ ਫਾਇਦਾ ਹੋਵੇ, ਠੀਕ ਹੈ ਜੀ? ਅਤੇ ਬਾਕੀ ਤੁਸੀਂ ਕਮੈਂਟਾਂ ਵਿੱਚ ਦੱਸ ਦਿਓ ਸਾਨੂੰ, ਠੀਕ ਹੈ ਜੀ, ਵੀ ਕਿਹੜਾ ਬਰਡ ਮਤਲਬ ਕਿ ਲਵ ਬਰਡ ਜਿੱਦਾਂ ਹੁੰਦਾ ਉਹ ਕਿਹੜਾ ਸਾਨੂੰ ਲਿਆਉਣਾ ਚਾਹੀਦਾ ਅਤੇ ਕਿਹੜਾ ਨਹੀਂ ਲਿਆਉਣਾ ਚਾਹੀਦਾ, ਜਿੱਦਾਂ ਸਟਾਰਟਿੰਗ ਆਪਾਂ ਕਰਨੀ ਤਾਂ ਕਿਹੜਾ ਆਪਾਂ ਲਵ ਬਰਡ ਦਾ ਪੇਅਰ ਲੈ ਕੇ ਆਈਏ ਪਹਿਲਾਂ ਸਸਤੀ ਰੇਂਜ 'ਚ, ਠੀਕ ਹੈ ਜੀ? ਅਤੇ ਨਾਲੇ ਕਿੰਨਾ ਕੁ ਪ੍ਰਾਈਜ਼ ਹੁੰਦਾ ਸੋ ਦੱਸ ਦਿਓ ਸਾਨੂੰ। ਵੈਸੇ ਤਾਂ ਆਪਾਂ ਕਾਫੀ ਟਾਈਮ ਪਹਿਲਾਂ ਲਿਆਉਣਾ ਸੀ, ਲੇਕਿਨ ਆਪਾਂ ਦਾ ਹੁਣ ਮੂਡ ਇਹ ਬਣਿਆ ਵੀ ਆਪਾਂ ਇਹਨੂੰ ਕੋਈ ਤਰੀਕੇ ਦੇ ਨਾਲ ਇਹਨਾਂ ਦਾ ਮਤਲਬ ਕਿ ਇਸਤੇਮਾਲ ਕਰੀਏ ਅਤੇ ਉਹਨਾਂ ਕੋਲ ਬਰੀਡਿੰਗ ਕਰਾ ਕੇ ਬੱਚੇ ਲੈ ਕੇ ਅਤੇ ਗਾਂ ਆਪਾਂ ਕਾਰੋਬਾਰ ਆਪਣਾ ਚਲਾਈਏ, ਠੀਕ ਹੈ ਜੀ? ਲਓ ਬਾਈ ਜੀ, ਹਨੇਰਾ ਕਾਫੀ ਹੋ ਗਿਆ ਵਾ, ਸੋ ਫੋਨ ਦੀ ਥੋੜ੍ਹੀ ਜਿਹੀ ਪ੍ਰੋਬਲਮ ਆ ਗਈ ਅਤੇ ਕਰਕੇ ਆਪਾਂ ਵੀਡੀਓ ਨਹੀਂ ਬਣਾ ਸਕੇ, ਅਤੇ ਬਾਕੀ ਆਪਾਂ ਸਾਰੇ ਖੁੱਡੇ ਖਾਡੇ ਬੰਦ ਕਰ ਦਿੱਤੇ ਬਾਕੀ, ਅਤੇ ਇਹਦੇ ਸਾਰੀਆਂ ਬਾਜੀਸ ਆ, ਲਾਈਟ ਜਗਦੀ ਪਈ ਆ ਅਤੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਓਕੇ ਆ ਜੀ। ਸੋ ਇੱਦਾਂ ਬਤਕਾਂ ਬਾਕੀ ਸਾਰੇ ਸਾਡੇ ਬਰਡ ਓਕੇ ਆ, ਅਤੇ ਬਾਕੀ ਆਪਾਂ ਤੁਹਾਨੂੰ ਦੱਸਦੇ ਜਾ ਵੀ ਆਪਾਂ ਹੌਲੀ ਹੌਲੀ ਪ੍ਰੋਫੈਸ਼ਨਲ 'ਚ ਜਾ ਰਹੇ ਹਾਂ, ਅਤੇ ਮਾਲਕ ਕਿਰਪਾ ਕਰੇ ਕਿ ਵਧੀਆ ਤਰੀਕੇ ਨਾਲ ਆਪਾਂ ਗਾਂ ਤੋਂ ਗਾਂ ਕੰਮ ਕਰੀਏ। ਸੋ ਤੁਹਾਡਾ ਸਹਿਯੋਗ ਇੱਦਾਂ ਵਾ, ਠੀਕ ਹੈ ਜੀ? ਸੋ ਇਹ ਸੀ ਜੀ ਅੱਜ ਸਾਡੀ ਵੀਡੀਓ, ਸੋ ਆਸ ਕਰਦੇ ਤੁਹਾਨੂੰ ਵਧੀਆ ਲੱਗੀ ਹੋਏਗੀ। ਵਧੀਆ ਲੱਗੀ ਕਿਤੇ ਲਾਈਕ ਕਰ ਦੇਣਾ, ਚੈਨਲ 'ਤੇ ਨਵੇਂ ਤਾਂ ਚੈਨਲ ਕਰੋ ਸਬਸਕ੍ਰਾਈਬ, ਵੀਡੀਓ ਕਰੋ ਸ਼ੇਅਰ। ਸੋ ਮਿਲਦੇ ਨੈਕਸਟ ਵੀਡੀਓ 'ਤੇ, ਓਕੇ ਜੀ, ਬਾਏ।